ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਤਸਿੰਘ ਜੀ ਅੱਜ ਦਾਸ ਧੰਨ ਸ੍ਰੀ ਜਪਜੀ ਸਾਹਿਬ ਦੀ ਚੱਲ ਰਹੀ ਲੜੀ ਪਰ ਪ੍ਰਸੰਗ ਕਥਾ ਦੇ ਤਹਿਤ ਜੋ ਅਗਲੀ ਪੰਕਤੀ ਆ ਧੰਨ ਸ੍ਰੀ ਜਪਜੀ ਸਾਹਿਬ ਦੀ ਕੇ ਗਾਵੇ ਕੋ ਸਾਜ ਕਰੇ ਤਨਖੇ ਇਸ ਦੀ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਦੇਖੋ ਜਿਹੜੇ ਗੁਰਸਿੱਖ ਪਿਆਰੇ ਗੁਰਮੁਖ ਪਿਆਰੇ ਪਰਮੇਸ਼ਰ ਨੂੰ ਦਿਉਂਦੇ ਆ ਉਸ ਨੂੰ ਯਾਦ ਕਰਦੇ ਆ ਹਿਰਦੇ ਦੇ ਵਿੱਚ ਸਿਮਰਦੇ ਆ ਹਰੇਕ ਗੁਰਸਿੱਖ ਪਿਆਰੇ ਦਾ ਆਪੋ ਆਪਰਾ ਆਪਣਾ ਨਜ਼ਰੀਆ ਜਿਹੜਾ ਹੈ ਨਾ ਅਲੱਗ-ਅਲੱਗ ਹੈ ਇਸ ਨੂੰ ਧੰਗ ਗੁਰੂ ਨਾਨਕ ਸਾਹਿਬ ਮਰਿਆ ਨੇ ਨਾ ਜਪਜੀ ਸਾਹਿਬ ਦੇ ਅੰਦਰ ਜਿਹੜਾ ਹੈਗਾ ਉਹ ਤੀਸਰੀ ਪੌੜੀ ਦੇ ਵਿੱਚ ਖੋਲਿਆ ਹੁਣ ਇਹਦੇ ਵਿੱਚ ਧੰਗ ਗੁਰੂ ਨਾਨਕ ਸਾਹਿਬ ਮਰਿਆ ਨੇ ਸਾਨੂੰ ਇਹ ਦੱਸਿਆ ਕਿ ਗਾਵੇ ਕੋ ਸਾਜ ਕਰੇ ਤਨਖੇ ਕਹਿੰਦੇ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਦਾ ਨਜ਼ਰੀਆ ਇਹ ਆ ਕਿ ਉਹ ਜਿਹੜੀ ਅਕਾਲ ਸ਼ਕਤੀ ਪਰਮੇਸ਼ਰ ਹੈਗੀ ਆ ਉਹੋ ਹੀ ਜਿਹੜੀ ਸ਼ਕਤੀ ਆ ਉਹ ਉਤਪਤੀ ਕਰਦੀ ਆ ਸਾਜਦੀ ਆ ਪੂਰੇ ਬ੍ਰਹਿਮੰਡ ਨੂੰ ਫਿਰ ਦੇਖੋ ਬ੍ਰਹਿਮੰਡ ਨੂੰ ਸਾਜ ਕੇ ਉਹ ਸਾਰੇ ਸਿਸਟਮ ਨੂੰ ਚਲਾਉਂਦੀ ਆ ਫਿਰ ਉਸ ਤੋਂ ਬਾਅਦ ਉਹ ਸਾਰੇ ਜਿਹੜਾ ਬ੍ਰਹਿਮੰਡ ਆ ਜਿਸ ਨੂੰ ਸਾਜਿਆ ਹੈਗਾ ਪਾਲਿਆ ਹੈਗਾ ਚਲਾਇਆ ਹੈਗਾ ਫਿਰ ਉਸ ਦਾ ਸ਼ਿੰਗਾਰ ਕਰ ਦਿੰਦੀ ਉਸ ਨੂੰ ਖਤਮ ਕਰ ਦਿੰਦੀ ਆ ਇਸ ਨਜ਼ਰੀਏ ਦੇ ਨਾਲ ਨਾ ਗੁਰਮੁਖ ਪਿਆਰੇ ਪਰਮੇਸ਼ਰ ਦੀ ਉਸਤਤੀ ਕਰਦੇ ਆ ਬੜਾਈ ਕਰਦੇ ਆ ਅਸਲ ਦੇ ਵਿੱਚ ਕੀ ਆ ਕਿ ਜਿੱਥੇ ਪਰਮੇਸ਼ਰ ਵਾ ਦੂਸਰੇ ਪਾਸੇ ਪਰਮੇਸ਼ਰ ਦੀ ਆਪਣੀ ਜਿਹੜੀ ਹੈ ਨਾ ਹੋਂਦ ਆ ਉਹਨੂੰ ਦੱਸਣ ਵਾਸਤੇ ਪਰਮੇਸ਼ਰ ਨੇ ਮਾਇਆ ਬਣਾਈ ਆ ਹੁਣ ਜਿਹੜੀ ਮਾਇਆ ਪਰਮੇਸ਼ਰ ਨੇ ਬਣਾਈ ਹੈਗੀ ਆ ਇਹ ਰਜੋ ਤਮਸ ਤੋਤਨਾਂ ਗੁਣਾਂ ਦੇ ਵਿੱਚ ਚੱਲਦੀ ਹੈਗੀ ਆ ਤੇ ਇਸ ਮਾਇਆ ਦੇ ਨਾਲ ਹੀ ਪਰਮੇਸ਼ਰ ਨੇ ਪੰਜ ਤੱਤਾਂ ਦੀ ਜਿਹੜੀ ਸਾਰੀ ਰਚਨਾ ਬਣਾਈ ਆ ਇਹਨਾਂ ਪੰਜ ਤੱਤਾਂ ਦੇ ਵਿੱਚ ਵੀ ਦੇਖੋ ਆਪਾਂ ਦੇਖਦੇ ਹਾਂ ਕਿ ਇਹਨਾਂ ਪੰਜਾਂ ਤੱਤਾਂ ਨੂੰ ਨਾਲ ਲੈ ਕੇ ਜੀਵ ਜਿੰਨੇ ਵੀ 84 ਲੱਖ ਜੂਨਾਂ ਦੇ ਜੀਵ ਹੈਗੇ ਆ ਉਸ ਸਾਰੇ ਜਿਹੜੇ ਹੈ ਇਹਨਾਂ ਪੰਜ ਤਤਾਂ ਦੇ ਆਸਰੇ ਤੇ ਉਹਨਾਂ ਦੇ ਕਲਪੂਤ ਜਿਹੜੇ ਬਣਦੇ ਆ ਤੇ ਫਿਰ ਉਹ ਸਾਰਾ ਸਿਸਟਮ ਜਿਹੜਾ ਹੈ ਨਾ ਵਾਹਿਗੁਰੂ ਨੇ ਬਣਾਇਆ ਹੈਗਾ ਉਹ ਚੱਲਦਾ ਹੈਗਾ ਦੇਖੋ ਕਈ ਜੀਵ ਐਸੇ ਬਣਾਇਆ ਜਿਨ੍ਹਾਂ ਦੀ ਜ਼ਿੰਦਗੀ ਪਰਮੇਸ਼ਰ ਨੇ 5 ਮਿੰਟਾਂ ਦੇ ਵਿੱਚ ਹੀ ਸਾਰੀ ਉਹਨਾਂ ਦੀ ਜ਼ਿੰਦਗੀ ਜਿਹੜੀ ਜੀਵਾਂ ਦੀ ਪੂਰੀ ਕਰ ਦਿੱਤੀ ਆ ਕਿ ਉਹ 5 ਮਿੰਟ ਪਹਿਲਾਂ ਜੰਮਦੇ ਆ ਉਸ ਤੋਂ ਬਾਅਦ 5 ਮਿੰਟਾਂ ਵਿੱਚ ਹੀ ਉਹਨਾਂ ਦੀ ਜਿਹੜੀ ਹੈਗੀ ਆ ਉਹ ਬਚਪਨਾ 5 ਮਿੰਟਾਂ ਦੇ ਅੰਦਰ ਹੀ ਉਹਨਾਂ ਦੀ ਜੀਵਾਂ ਦੀ ਜਵਾਨੀ ਤੇ 5 ਮਿੰਟਾਂ 'ਚ ਬੁਢੇਪਾ 5 ਮਿੰਟ ਤੋਂ ਬਾਅਦ ਇਹ ਜੀਵ ਖਤਮ ਹੋ ਜਾਂਦੇ ਭਾਵ ਕਿ ਸਾਨੂੰ ਅੱਜ ਦੀ ਜਿਹੜੀ ਸਾਇੰਸ ਉਹ ਦੱਸਦੀ ਆ ਕਿ ਐਨੇ ਜਾਨੀ ਕਿ ਜਿਹੜੀ ਛੋਟੀ ਉਮਰ ਦੇ ਜੀਵ ਆ ਉਹ ਪਰਮੇਸ਼ਰ ਨੇ ਪੈਦਾ ਕੀਤੇ ਸ੍ਰਿਸ਼ਟੀ ਦੇ ਵਿੱਚ ਪਰ ਕਈ ਲੰਬੇ ਆਜੂ ਵਾਲੇ ਦੀਰਗਾਜੂ ਵਾਲੇ ਜੀਵ ਆ ਉਹ ਵੀ ਬਣਾਇਆ ਕਿ ਜਿਨ੍ਹਾਂ ਦੀ ਉਮਰ ਕਾਫੀ ਲੰਬੀ ਹੈਗੀ ਦੇਖੋ ਇਹਦੇ ਵਿੱਚ ਅਸੀਂ ਜੇਕਰ ਪੰਜ ਛੇ ਚੋਂ ਦੇਖੀਏ ਤੇ ਇਹਦੇ ਵਿੱਚ ਉਹ ਕਾਂ ਦਾ ਜਿਹੜਾ ਹੈਗਾ ਕੋਦੀ ਉਮਰ ਕਾਫੀ ਸੈਂਸ ਨੇ ਮੰਨੀ ਦਸੀ ਜਾਂਦੀ ਆ ਸਰਪ ਹੈਗਾ ਇਸ ਤਰ੍ਹਾਂ ਦੇ ਜਿਹੜੇ ਜੀਵ ਹੈਗੇ ਆ ਉਹਨਾਂ ਦੀ ਉਮਰ ਕਾਫੀ ਜੜੀਆਂ ਲੰਮੀਆਂ ਪਾਈਆਂ ਜਾਂਦੀਆਂ ਪਰ ਕਈਆਂ ਦੀ ਬਹੁਤ ਘੱਟ ਆ ਸੋ ਕਹਿਣ ਤੋਂ ਪਾਵੇ ਹੈਗਾ ਕਿ ਇਹ ਪਰਮੇਸ਼ਰ ਦੀ ਬੜਾਈ ਆ ਕਿ ਉਹ ਇਹਨਾਂ ਜੀਵਾਂ ਨੂੰ ਇਸ ਸ੍ਰਿਸ਼ਟੀ ਨੂੰ ਸਾਜਦਾ ਹੈਗਾ ਉਸ ਤੋਂ ਬਾਅਦ ਦੇਖੋ ਪਾਲਦਾ ਵੀ ਆ ਉਹ ਸਾਰੇ ਸਿਸਟਮ ਚ ਚਲਾਉਂਦੀ ਸ਼ਕਤੀ ਹੈਗੀ ਉਸ ਤੋਂ ਬਾਅਦ ਉਹ ਵਿਨਾਸ਼ ਕਰ ਦਿੰਦੀ ਆ ਅਲੱਗ ਕਰ ਦਿੰਦੀ ਆ ਆਪਾਂ ਦੇਖਦੇ ਹਾਂ ਕਿ ਜਿਵੇਂ ਮਨੁੱਖਾ ਜੀਵਨ ਹੈਗਾ ਮਨੁੱਖਾ ਹੈਗਾ ਹੁਣ ਇੱਕ ਮਨੁੱਖ ਦੇ ਅੰਦਰ ਸਾਨੂੰ ਬਾਣੀ ਨੇ ਦੱਸਿਆ ਕਿ ਜੋ ਬ੍ਰਹਿਮੰਡੇ ਸੋਈ ਪਿੰਡੀ ਜੋ ਖੋਜੇ ਸੋ ਪਾਵੇ ਕਿ ਜਿਹੜਾ ਸਿਸਟਮ ਪੂਰੇ ਬ੍ਰਹਿਮੰਡ ਦੇ ਵਿੱਚ ਚੱਲਦਾ ਹੈ ਨਾ ਉਹ ਹੀ ਮਨੁੱਖਾ ਪਿੰਜਰ ਦੇ ਵਿੱਚ ਪਰਮੇਸ਼ਰ ਨੇ ਬਿਲਕੁਲ ਸੂਖਮਕਾਰ ਦੇ ਵਿੱਚ ਜਿਹੜਾ ਹੈਗਾ ਉਹ ਫਿੱਟ ਕਰ ਦਿੱਤਾ ਹੈ ਹੁਣ ਸਾਰਾ ਹੀ ਚੱਲਦਾ ਹੈਗਾ ਦੇਖੋ ਇਸ ਪਿੰਜਰ ਦੇ ਵਿੱਚ ਐਡਾ ਵੱਡਾ ਸਿਸਟਮ ਬਣਾਉਣ ਵਾਸਤੇ ਪਰਮੇਸ਼ਰ ਦੀ ਜਿਹੜੀ ਕਾਹਲਣਾ ਹੈਗੀ ਉਹ ਕਿੱਡੀ ਜਿਹੜੀ ਹੈਗੀ ਆ ਉਹ ਬਹੁਤ ਬੜਮੁਲੀ ਆ ਬਿਆੰਤਾ ਅਪਰੰਪਾਰ ਭਾਵੇਂ ਕਿ ਕੋਈ ਲਫ਼ਜ਼ ਨਹੀਂ ਆ ਕਿ ਇੱਕ ਛੋਟੇ ਜਿਹੇ ਪਿੰਜਰ ਦੇ ਵਿੱਚ ਪੂਰੀ ਸੈਸਟੀ ਦਾ ਸਿਸਟਮ ਜਿਹੜਾ ਹੈਗਾ ਉਹ ਫਿੱਟ ਕਰ ਦੇਣਾ ਬਿਲਕੁਲ ਛੋਟੇ ਕਾਰ ਦੇ ਵਿੱਚ ਪਰ ਦੇਖੋ ਜਿਆਦਾ ਇਸ ਸਿਸਟਮ ਨੂੰ ਇਸ ਪਿੰਜਰ ਦੇ ਵਿੱਚ ਵਾਹਿਗੁਰੂ ਜੀ ਜਿਹੜੇ ਹੈ ਚਲਾਉਂਦੇ ਆ ਉਸ ਤੋਂ ਬਾਅਦ ਜਦ ਪੰਜ ਭੂਤਕ ਸਰੀਰ ਦੇ ਵਿੱਚੋਂ ਇਸ ਨੂੰ ਅਲੱਗ ਕਰ ਦਿੰਦੇ ਰੂਹ ਅਲੱਗ ਹੋ ਗਈ ਤੇ ਸਾਰਾ ਸਿਸਟਮ ਜਿਹੜਾ ਹੈ ਨਾ ਰੂਹ ਦੇ ਨਾਲ ਹੀ ਜਿਹੜਾ ਹੈਗਾ ਉਹ ਅਲੋਪ ਹੋ ਜਾਂਦਾ ਦੇਖੋ ਪਰਮੇਸ਼ਰ ਦੀ ਬੁੜਿਆਈ ਹੈਗੀ ਕਿ ਉਹਨੇ ਆਪਣੇ ਆਪ ਨੂੰ ਦਰਸਾਉਣ ਵਾਸਤੇ ਇਸ ਮਨੁੱਖਾ ਦੇਹੀ ਦੀ ਜਿਹੜੀ ਹੈਗੀ ਆ ਉਹ ਬੜਪਣਾ ਉਹਨੂੰ ਦਰਸਾਉਣ ਵਾਸਤੇ ਕਿ ਇਹ ਸਭ ਤੋਂ ਉੱਤਮ ਜੂਨ ਹੈਗੀ ਇਹਦੇ ਵਿੱਚ ਤੁਸੀਂ ਮੈਨੂੰ ਮਿਲ ਸਕਦੇ ਮਿਲ ਸਕਦੇ ਆ ਤੇ ਆਪਣਾ ਜੀਵਨ ਸਫਰ ਕਰ ਸਕਦੇ ਆ ਇਹ ਸਾਰਾ ਕੁਝ ਜਿਹੜਾ ਹੈ ਨਾ ਪਰਮੇਸ਼ਰ ਨੇ ਸਾਨੂੰ ਇਹ ਦੱਸਣ ਵਾਸਤੇ ਸਾਰੀਆਂ ਜਿਹੜੀਆਂ ਕਲਾ ਹੈਗੀਆਂ ਇਸ ਸਰੀਰ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਲੁਕੋ ਕੇ ਰੱਖ ਦਿੱਤੀਆਂ ਉਹ ਭੰਡਾਰ ਜਿਹੜੇ ਹੈਗੇ ਅੰਦਰ ਭਰ ਦਿੱਤੇ ਆ ਪਰ ਖੁੱਲਦੇ ਕਿਦਾਂ ਖੁੱਲਦੇ ਗੁਰੂ ਕਿਰਪਾ ਦੇ ਨਾਲ ਆ ਲੇਕਿਨ ਉਹ ਵੱਡੇ ਭੱਗ ਵਾਲੀਆਂ ਰੂਹਾਂ ਹੈਗੀਆਂ ਜਿਹੜੀ ਗੁਰੂ ਨੂੰ ਮਿਲ ਕੇ ਇਹ ਜਿਹੜਾ ਸਿਸਟਮ ਹੈਗਾ ਜਿਹਨੂੰ ਅਸੀਂ ਦਸਮ ਦਵਾਰ ਵੀ ਆਖਦੇ ਆ ਕਿ ਨੌਂ ਦਵਾਰੇ ਪਰ ਗਿਣਤਾ ਦਸਮਾ ਗੁਪਤ ਰਖਾਇਆ ਜਦੋਂ ਦਸਮਾ ਦਵਾਰ ਖੁੱਲਦਾ ਹੈ ਨਾ ਫਿਰ ਇਸ ਚੀਜ਼ ਦੀ ਸੋਝੀ ਆ ਜਾਂਦੀ ਆ ਫਿਰ ਉਹ ਜਿਹੜੀਆਂ ਰੂਹਾਂ ਹੈਗੀਆਂ ਜਿਹੜੀਆਂ ਗੁਰਮੁਖ ਪਿਆਰੇ ਜੀਵ ਆ ਜਿਹੜੇ ਇਸ ਚੀਜ਼ ਨੂੰ ਜਿਹੜਾ ਹੈਗਾ ਗੋਹ ਦੇ ਨਾਲ ਦੇਖਦੇ ਆ ਵਿਚਾਰਦੇ ਆ ਤੂੰ ਵਾਹਿਗੁਰੂ ਦੀ ਇਸ ਕੀਰਤੀ ਨੂੰ ਦੇਖ ਕੇ ਜਿਹੜੇ ਇੰਨੇ ਹੈਰਾਨ ਹੋ ਜਾਂਦੇ ਆ ਇੰਨੇ ਵਾਹਿਗੁਰੂ ਤੋਂ ਆਸ਼ਾਸ਼ਿਕਾ ਉੱਠਦੇ ਆ ਕਿ ਵਾਹਿਗੁਰੂ ਦੀ ਕੀਰਤੀ ਦੀ ਵਡਿਆਈ ਹਨਾ ਫਿਰ ਉਹ ਇਸ ਪੌੜੀ ਜਾਂ ਇਸ ਪੰਕਤੀ ਦੇ ਆਧਾਰ ਦੇ ਉੱਤੇ ਜਿਹੜੇ ਹਨ ਮੰਨ ਦੇ ਵਿੱਚ ਉਸਾਲੇ ਲੈ ਕੇ ਗਾਉਂਦੇ ਆ ਕਿ ਗਾਵੇ ਕੋ ਸਾਜ ਕਰੇ ਕਿ ਤੂੰ ਇਹ ਜੋ ਸਿਸਟਮ ਜਿਹੜੇ ਸਾਜੇ ਆ ਅੰਦਰ ਜਿਹਦਾ ਅਨਹਦ ਬਾਜੇ ਵੱਜਦੇ ਆ ਦੇਖੋ ਇਹ ਚੀਜ਼ਾਂ ਨੂੰ ਸਾਜਿਆ ਹੈਗਾ ਸਾਜ ਕਰੇ ਤਨਖੇ ਲੇਕਿਨ ਅਖੀਰ ਜਦੋਂ ਤਨਖੇ ਹੁੰਦਾ ਇਹਦੇ ਨਾਲ ਹੀ ਇਹ ਸਾਰੀ ਚੀਜ਼ ਜਿਹੜੀ ਖਤਮ ਕਰ ਦਿੰਦਾ ਅਸਲ ਦੇ ਵਿੱਚ ਕੀ ਆ ਕਿ ਵਾਹਿਗੁਰੂ ਦੀ ਜਿਹੜੀ ਕੀਰਤੀ ਹੈਗੀ ਆ ਜਿਹਨੂੰ ਬਾਣੀ ਨੇ ਆਖਿਆ ਹੈਗਾ ਕਿ ਇਸ ਇਹ ਜਿਹੜੀ ਕੀਰਤੀ ਵਡਿਆਈ ਆ ਪਰਮੇਸ਼ਰ ਦੀ ਜੋ ਪਾਲਣ ਦੀ ਕਿਰਿਆ ਹੈਗੀ ਆ ਇਹ ਸਾਰੀ ਚੀਜ਼ ਮਨੁੱਖ ਦੀ ਸਮਝ ਤੋਂ ਬਾਹਰ ਹੈ ਇਸੇ ਕਰਕੇ ਸਾਨੂੰ ਵਾਹਿਗੁਰੂ ਜੀ ਤੋਂ ਵਾਰ-ਵਾਰ-ਵਾਰ-ਵਾਰ ਬਿਲੇਹਾਰੇ ਜਾਣਾ ਪੈਂਦਾ ਹੈਗਾ ਕਿਉਂ ਉਹ ਆਪ ਹੀ ਸਾਜਦਾ ਕਿਸੇ ਦੀ ਸਲਾਹ ਨਹੀਂ ਲੈਂਦਾ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਉਹ ਆਪ ਹੀ ਸਾਜਦਾ ਆਪੇ ਦੇ ਵਿੱਚ ਰੰਗ ਭਰਦਾ ਆਪ ਹੀ ਮਿਹਰ ਕਰਦਾ ਹੈਗਾ ਸਾਰੇ ਸਿਸਟਮ ਉਹ ਸ਼ਕਤੀ ਜਿਹੜੀ ਉਹ ਆਪ ਹੀ ਜਿਹੜੀ ਹੈ ਚਲਾ ਰਹੀ ਹੈ ਉਹਦੇ ਵਿੱਚ ਕਿਸੇ ਦਾ ਕੋਈ ਦਖਲ ਨਹੀਂ ਹੈ ਦੇਖੋ ਇੱਥੋਂ ਤੱਕ ਜੀਵਾਂ ਨੂੰ ਚਲਾਉਂਦੀ ਆ ਜਿਹੜੇ ਪ੍ਰਾਣੀ ਨਰਜੀਵ ਆ ਉਹਨਾਂ ਨੂੰ ਵੀ ਚਲਾ ਰਿਹਾ ਸਭ ਨੂੰ ਬਾਣੀ ਜਿਹੜੀ ਹੈਗੀ ਆ ਉਸ ਅਕਾਲ ਪੁਰਖ ਦੀ ਉਹ ਸਭ ਨੂੰ ਦੱਸਦੀ ਆ ਕਿ ਕਿਵੇਂ ਉਹ ਅਕਾਲ ਸ਼ਕਤੀ ਸਾਰੇ ਜਿਹੜੇ ਕੋਰੋਣਾ ਬ੍ਰਹਿਮੰਡ ਇੱਕ ਇੱਕ ਰੂਮ ਦੇ ਵਿੱਚ ਇਹ ਜਿਹੜੇ ਪਰਮੇਸ਼ਰ ਦੇ ਹੈਗੇ ਆ ਉਹ ਸਾਰੇ ਸਿਸਟਮ ਨੂੰ ਚਲਾ ਰਿਹਾ ਤੇ ਇਹ ਜਿਹੜਾ ਖਲਾਰਾ ਵਾਹਿਗੁਰੂ ਨੇ ਮਾਇਆ ਦਾ ਖਲਾਰਾ ਕੋਈ ਛੋਟਾ ਨਹੀਂ ਹੈ ਇਹ ਅਨੰਤ ਹੈ ਭਾਵ ਕੀ ਇਹਦੀ ਸੀਮਾ ਕੋ ਨਹੀਂ ਵਾਹਿਗੁਰੂ ਜੀ ਮੇਂ ਸੀਮਾ ਨਾ ਇਸ ਤਰ੍ਹਾਂ ਪਰਮੇਸ਼ਰ ਦੀ ਰਚਨਾ ਵੀ ਅਸੀਮ ਦੇਖੋ ਵਾਹਿਗੁਰੂ ਜੀ ਬਾ ਨੂੰ ਜਿਹੜਾ ਹੈਗਾ ਉਹ ਇੱਕ ਬੰਨੇ ਪੈਦਾ ਕਰਦਾ ਦੂਸਰੇ ਬੰਨੇ ਉਹਨਾਂ ਦੀ ਪਾਲਣਾ ਕਰਦਾ ਸ਼ਿੰਗਾਰ ਵੀ ਕਰ ਦਿੰਦਾ ਪਰ ਜਿਹੜੀ ਮਾਇਆ ਪੰਜ ਤੱਤਾਂ ਦੀ ਹੈਗੀ ਆ ਜਦੋਂ ਵਾਹਿਗੁਰੂ ਜਿਹੜੇ ਹੈਗੇ ਆ ਇਹ ਸ੍ਰਿਸ਼ਟੀ ਦੇ ਪੰਜ ਤੱਤਾਂ ਨੂੰ ਜਿਹੜਾ ਹੈਗਾ ਉਹ ਪਰਲੋ ਦੇ ਰੂਪ ਦੇ ਵਿੱਚ ਬਦਲਦੇ ਆ ਦੇਖੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਜਿਹੜੇ ਹਨ ਮਿੱਟੀ ਤੱਤ ਆ ਇਹਨੂੰ ਜਲ ਤੱਤ ਦੇ ਵਿੱਚ ਤਬਦੀਲ ਕਰ ਦਿੰਦੇ ਆ ਜਲ ਤੱਤ ਨੂੰ ਫਿਰ ਅਗਨੀ ਅਗਨੀ ਤੱਤ ਨੂੰ ਫਿਰ ਜਿਹੜੇ ਵਾਜੂ ਤੱਤ ਵਾਜੂ ਤੱਤ ਦੇ ਨਾਲ ਫਿਰ ਜਾਂ ਫਿਰ ਇਹ ਜਿਹੜੇ ਹੈ ਇਹ ਸਾਰੇ ਤੱਤ ਇਕੱਠੇ ਹੁੰਦੇ ਆ ਫਿਰ ਉਹ ਆਕਾਸ਼ ਤੱਤ ਅਕਾਸ਼ ਤਤ ਦੇ ਵਿੱਚ ਫਿਰ ਉਹ ਮਾਇਆ ਚ ਚਲੇ ਜਾਂਦੇ ਮਾਇਆ ਫਿਰ ਮੇਸ਼ਾ ਚ ਚਲੀ ਜਾਂਦੀ ਹੈ ਇਹ ਸਾਨੂੰ ਮਹਾਂਪੁਰਖ ਦੱਸਦੇ ਆ ਕਿ ਵਾਹਿਗੁਰੂ ਜੀ ਇਸ ਤਰ੍ਹਾਂ ਕਰਦੇ ਆ ਪਰ ਅਸਲ ਦੇ ਵਿੱਚ ਕੀ ਆ ਕਿ ਇਹ ਜਿਹੜਾ ਸਾਰਾ ਬਨਾਸ਼ ਕਰਨ ਦਾ ਸਿਸਟਮ ਤੇ ਉਤਪਤੀ ਦਾ ਇਹ ਜਿਹੜਾ ਹਨਾ ਇਹ ਅੱਖ ਦੇ ਫੋਰ ਦੇ ਵਿੱਚ ਜਿਹੜੇ ਕਰ ਦਿੰਦੇ ਜਿਵੇਂ ਸਾਨੂੰ ਭਾਈ ਕਰ ਦੱਸ ਦਿੰਦੇ ਉਤਕ ਉਤਪ ਪਰਲੋ ਅੱਖ ਫਰਕੇ ਕਿ ਉਤਪਤੀ ਤਾਂ ਪਰਲੋ ਅੱਖ ਦੇ ਫੋਰ ਦੇ ਵਿੱਚ ਹੀ ਪਰਮੇਸ਼ਰ ਕਰ ਦਿੰਦਾ ਅਨੰਤ ਬ੍ਰਹਮੰਡ ਕਰੋੜਾਂ ਸੂਰਜ ਕਰੋੜਾਂ ਚੰਦਰਮੇ ਕਰੋੜਾਂ ਧਰਤੀਆਂ ਜਿਹਦਾ ਕੋਈ ਅੰਤ ਨਹੀਂ ਕੋਈ ਪਾਰਾਵਾਰ ਨਹੀਂ ਲੇਕਿਨ ਜੇ ਅਗਰ ਆਪਾਂ ਸਧਾਰਨ ਅੱਖ ਨਾਲ ਦੇਖੀਏ ਕਿ ਕਿਸੇ ਚੀਜ਼ੇ ਨੂੰ ਬਣਾਉਣ ਲਈ ਕਿੰਨਾ ਸਮਾਂ ਲੱਗਦਾ ਹੈਗਾ ਪਰ ਅਸਲ ਦੇ ਵਿੱਚ ਸਮੇਂ ਨਾਂ ਦੀ ਪਰਮੇਸ਼ਰ ਦੇ ਕਾਰਜ ਦੇ ਵਿੱਚ ਕੋਈ ਜੜੀ ਹੈਗੀ ਆ ਹੋਂਦ ਨਹੀਂ ਆ ਭਾਵ ਕਿ ਪਰਮੇਸ਼ਰ ਦੇ ਕੰਮਾਂ ਵਿੱਚ ਕੋਈ ਸਮਾਂ ਨਹੀਂ ਇਹ ਪਰਮੇਸ਼ਰ ਦੀ ਆਪਣੀ ਮੌਜਾ ਕਿਉਂ ਉਹ ਆਪ ਹੀ ਹੈ ਸਭ ਕੁਝ ਉਹ ਆਪ ਹੀ ਮਾਇਆ ਹੈਗੀ ਆ ਉਹ ਆਪ ਹੀ ਹੈ ਆਪ ਹੀ ਨਿਰਗੁਣ ਆਪ ਹੀ ਸਰਗੁਣ ਹੈਗਾ ਪਰਮੇਸ਼ਰ ਆਪ ਹੀ ਜੜਾ ਆਪੀ ਚੇਤਨਾ ਉਹ ਆਪ ਹੀ ਸਭ ਕੁਸ਼ਕਤੀ ਜਿਹੜੀ ਹੈਗੀ ਆ ਉਹ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਹੀ ਜਿਹੜੀ ਖਿਲਾਰ ਕੇ ਬੈਠੀ ਹੋਈ ਹੈ ਲੇਕਿਨ ਇਹ ਸਾਰੀਆਂ ਗੱਲਾਂ ਚਾਰ ਜਵਾ ਕਿਉਂਕਿ ਇਹ ਸਾਡੀ ਸਮਝ ਸੋਚ ਦੇ ਵਿੱਚ ਨਹੀਂ ਆਉਂਦੀਆਂ ਪਰ ਇੰਨਾ ਹੈਗਾ ਕਿ ਪਰਮੇਸ਼ਰ ਦੀ ਇਹ ਜਿਹੜੀ ਕਲਾ ਹੈਗੇ ਇਸ ਨੂੰ ਤੱਕ ਤੱਕ ਕੇ ਜਿਹੜੇ ਗੁਰਮੁਖ ਪਿਆਰੇ ਪਰਮੇਸ਼ਰ ਤੋਂ ਬਿਲਹਾਰ ਜਾਂਦੇ ਆ ਜਿਵੇਂ ਦੇਖੋ ਸਾਨੂੰ ਗੁਰਬਾਣੀ ਨੇ ਆਖਿਆ ਹੈ ਕਿ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ ਹੁਣ ਜਿਨ੍ਹਾਂ ਦੇ ਪਰਿਵਾਰ ਵੱਡੇ ਬਹੁਤ ਜ਼ਿਆਦਾ ਸੀ ਜਿਨ੍ਹਾਂ ਦੇ ਮਨ ਦੇ ਵਿੱਚ ਸ਼ਾਇਦ ਹੋ ਸਕਦਾ ਕਿ ਉਹਨਾਂ ਨੇ ਦੁਨੀਆ ਦੇ ਵਿੱਚ ਸਦਾ ਰਹਿਣ ਦਾ ਸੁਪਨਾ ਜਿਹੜਾ ਸੀ ਉਹ ਲਿਆ ਹੋਵੇ ਪਰ ਦੇਖੋ ਉਹ ਏਡੇ ਏਡੇ ਪਰਿਵਾਰ ਵੀ ਸੰਸਾਰ ਦੇ ਵਿੱਚੋਂ ਚਲੇ ਗਏ ਲੇਕਿਨ ਰਹਿੰਦਾ ਕੌਣ ਹੈ ਇਹਨੂੰ ਗੁਰਬਾਣੀ ਨੇ ਆਖਿਆ ਕਿ ਇਹ ਰਾਮ ਤੇ ਸਾਧੂ ਜਿਹੜਾ ਸਾਧੂ ਰਹਿੰਦਾ ਹੈਗਾ ਤੇ ਜਾਂ ਗੁਰੂ ਤੇ ਗੋਬਿੰਦ ਰਹਿੰਦਾ ਹੈਗਾ ਭਾਵ ਕਿ ਯਾਰ ਰੱਬ ਜਾਂ ਰੱਬ ਦੇ ਪਿਆਰੇ ਜਿਹੜੇ ਹੈਗੇ ਉਹ ਰਹਿੰਦੇ ਆ ਬਾਕੀ ਸਾਰੀ ਰਜਨਾ ਜਿਹੜੀ ਹਨ ਉਹ ਵਾਹਿਗੁਰੂ ਆਪਣੇ ਵਿੱਚ ਲੈ ਕਰ ਲੈਂਦਾ ਜਿਵੇਂ ਅਸੀਂ ਜੀਵਾਂ ਦੀ ਗੱਲ ਦੇਖਦੇ ਆ ਕਿ ਜਦੋਂ ਜਿਹੜੇ ਜੀਵ ਆ ਇਹਨੇ ਉਤਪਤੀ ਜਿਹੜੀ ਉਹ ਚੱਲਦੀ ਆ 84 ਲੱਖ ਜੀਵਾਂ ਦੀ ਇੱਕ ਇੱਕ ਜੂਨੀ ਦੇ ਵਿੱਚ ਫਿਰ ਦੇਖੋ ਕਿੰਨੀਆਂ-ਕਿੰਨੀਆਂ ਜੂਨਾਂ ਦੇ ਜਿਹੜੇ ਹੈ ਇਹ ਉਹ ਭੇਦ ਜਿਹੜੇ ਸ਼ੁਰੂ ਹੋ ਜਾਂਦੇ ਇੱਕ ਇੱਕ ਜੂਨ ਦੇ ਵਿੱਚ ਕਿੰਨੀਆਂ ਗਾ ਕਿਸਮਾਂ ਜਿਹੜੀਆਂ ਚੱਲਦੀਆਂ ਅਗਰ ਮੱਛੀ ਲਈਏ ਇੱਕ ਮੱਛੀ ਦੇ ਵਿੱਚ ਕਿੰਨੀਆਂ ਕਿਸਮਾਂ ਜਿਹੜੀਆਂ ਉਹ ਸਾਨੂੰ ਅੱਜ ਸਾਇੰਸ ਦੱਸਦੀ ਆ ਇਹਨੇ ਕਿਸਮ ਦੀਆਂ ਮੱਛੀਆਂ ਇਹਨੇ ਕਿਸਮ ਦੇ ਮੱਛਰ ਇਹਨੇ ਕਿਸਮ ਦੇ ਜਾਨਵਰ ਅਲੱਗ-ਅਲੱਗ ਲੈਕਿਨ ਸਭ ਦੇ ਗੁਣ ਵੀ ਲੱਗੋ ਆ ਸੁਭਾਅ ਵੀ ਲੱਗਾ ਖਾਣ ਪੀਣ ਪਹਿਰਾਵੇ ਸੋਚ ਹਰੇਕ ਚੀਜ਼ ਵਾਹਿਗੁਰੂ ਨੇ ਅਲੱਗ-ਅਲੱਗ ਬਣਾਈ ਚਿਹਰੇ ਅਲੱਗ-ਅਲੱਗ ਬਣਾਏ ਆ ਦੇਖੋ ਇੱਕ ਪਰਮੇਸ਼ਰ ਨੇ ਦੇਖੋ ਇੱਕ ਮਨੁੱਖਾ ਜੁਨੀ ਬਣਾਈ ਇਹਦੇ ਵਿੱਚ ਦੇਖੋ ਕਿੰਨੀ ਅਰਬ ਦੁਨੀਆ ਹੈਗੀ ਆ ਲੇਕਿਨ ਕਿਸੇ ਦੀ ਕੋਈ ਸ਼ਕਲ ਇੱਕ ਦੂਸਰੇ ਨਾਲ ਨਹੀਂ ਮਿਲਦੀ ਸਭ ਦੇ ਸੁਭਾਅ ਲੱਗੋ ਆ ਪਸੰਦ ਅਲੱਗਾ ਖਾਣੇ ਲੱਗਾ ਖਾਣ ਪੀਣ ਰਹਿਣੀ ਸਹਿਣੀ ਸੋਚਣ ਸ਼ਕਤੀ ਸਭ ਚੀਜ਼ ਅਲੱਗ-ਅਲੱਗ ਵਾਹਿਗੁਰੂ ਨੇ ਬਣਾਈ ਆ ਪਰ ਦੇਖੋ ਇੰਨਾ ਲੱਗ ਲੱਗ ਹੋ ਕੇ ਵੀ ਵਾਹਿਗੁਰੂ ਦੇ ਸੱਚੇ ਜਿਹੜੇ ਆ ਜਿਹੜੇ ਦੇ ਵਿੱਚ ਇਹਨਾਂ ਜੀਵਾਂ ਦੀ ਜਿਹੜੀ ਘਾੜਤ ਨੂੰ ਪਰਮੇਸ਼ਰ ਘੜਦਾ ਹੈਗਾ ਉਹਨਾਂ ਦਾ ਕੋਈ ਦੇਖੋ ਅੰਤ ਨਹੀਂ ਹੈਗਾ ਅਨੰਤ ਹੈ ਯਾਰ ਅਨੰਤ ਕਾਲ ਤੋਂ ਇਹ ਜਿਹੜੀ ਰਚਨਾ ਚੱਲੀ ਜਾ ਰਹੀ ਆ ਅਨੰਤ ਤਰ੍ਹਾਂ ਦੇ ਜੀਵ ਹੈਗੇ ਦੇਖੋ ਸਾਰੀ ਚੀਜ਼ ਵਾਹਿਗੁਰੂ ਜੀ ਨੇ ਬਣਾਈ ਹੈ ਲੇਕਿਨ ਇਸ ਜੀਵ ਦੇ ਵਿੱਚ ਇੱਕ ਕਲਾ ਜਿਹੜੀ ਹਨ ਪਰਮੇਸ਼ਰ ਦੀ ਉਹ ਜਿਹੜੀ ਵਾਹਿਗੁਰੂ ਨੇ ਜਿਹੜੀ ਉਹ ਰੋਕ ਛੱਡੀ ਆ ਉogi ਹੁੰਦਾ ਕਿ ਚਾਹੇ ਉਤਪਤੀ ਤੇ ਪਰਲੋ ਅੱਖਰ ਕੇ ਵਿੱਚ ਹੋ ਜਾਂਦੀ ਪਰ ਖਾਸ ਕਰਕੇ 84 ਲੱਖ ਜੀਵਾਂ ਦੀ ਜੇ ਖਾਸ ਕਰਕੇ ਮਨੁੱਖੀ ਜਿਹੜੇ ਕਰਮ ਹੈਗੇ ਆ ਇਹ ਕੁਝ ਟਾਈਮ ਜਿਹੜੇ ਹਨ ਰੁਕ ਜਾਂਦੇ ਆ ਜਦ ਰੁਕਦੇ ਹੈਗੇ ਜਿਵੇਂ ਇਸ ਤਰ੍ਹਾਂ ਕਹਿ ਲੋ ਕਿ ਜਿਵੇਂ ਕੋਈ ਖੇਡ ਖੇਡਦਾ ਉਸ ਖੇਡ ਦਾ ਇੰਟਰਵਲ ਹੋ ਜਾਂਦਾ ਹਾਫ ਹੋ ਜਾਂਦਾ ਲੇਕਿਨ ਜਦ ਹਾਫ ਹੁੰਦਾ ਪਹਿਲੀ ਖੇਡ ਦੇ ਨੰਬਰ ਉਸੇ ਤਰ੍ਹਾਂ ਜਾਰੀ ਰਹਿੰਦੇ ਆ ਇਸ ਤਰ੍ਹਾਂ ਜੀਪ ਜਿਹੜੇ ਹੈਗੇ ਆ ਜਦ ਵਾਹਿਗੁਰੂ ਜਿਹੜੇ ਸ੍ਰਿਸ਼ਟੀ ਦੀ ਸਾਰੀ ਰਚਨਾ ਨੂੰ ਰੋਕ ਕੇ ਆਪ ਅਫੁਰ ਸਮਾਧੀ ਦੇ ਵਿੱਚ ਸੁੰਨ ਸਮਾਧੀ ਤੇ ਚਲੇ ਜਾਂਦੇ ਆ ਉਸ ਟਾਈਮ ਜਿਹੜੇ ਜੀਵ ਸਾਰੇ ਜਿਹੜੇ ਰੂਹਾਂ ਹੈ ਇਉਂ ਕਹ ਲੋ ਕਿ ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਕਿ ਉਸ ਟਾਈਮ ਵਾਸਤੇ ਸਭ ਜਿਹੜੀ ਰਚਨਾ ਹੈਗੀ ਆ ਖਾਸ ਕਰਕੇ ਜਾਗਰਤ ਰਚਨਾ ਚੇਤਨ ਰਚਨਾ ਕੁਝ ਟਾਈਮ ਵਾਸਤੇ ਬੋਹੋਸ਼ ਹੋ ਜਾਂਦੀ ਹੈ ਜਦ ਬੋਹੋਸ਼ ਹੋ ਜਾਂਦੀ ਉਹਨਾਂ ਦੇ ਕਰਮ ਰੁਕ ਜਾਂਦੇ ਆ ਪਰ ਜਦ ਨਵੇਂ ਸਰੂ ਫਿਰ ਵਾਹਿਗੁਰੂ ਸ੍ਰਿਸ਼ਟੀ ਦੀ ਉਤਪਤੀ ਕਰਦੀ ਹੈ ਉਹ ਸ਼ਕਤੀ ਤੋ ਫਿਰ ਉਹ ਜਿਹੜੇ ਕਰਮੋਂ ਨਾਲ ਹੀ ਜਿਹੜੇ ਹੈ ਉਹ ਜਾਗਰਤ ਹੋ ਜਾਂਦੇ ਆ ਉਹ ਨਾਲੋਂ ਨਾਲ ਚੱਲਦੇ ਆ ਸੋ ਕਹਿਣ ਤੋਂ ਭਾਵ ਇਹ ਆ ਕਿ ਸਾਨੂੰ ਜਿਵੇਂ ਗੁਰਬਾਣੀ ਨੇ ਦੱਸਿਆ ਕਿ ਕਈ ਵਾਰ ਪਸਰੇ ਪਸਾਰਾ ਸਦਸ ਦਾ ਇੱਕ ੰਕਾਰ ਆ ਕਿ ਇਹ ਜਿਹੜਾ ਪਸਾਰਾ ਕਈ ਵਾਰ ਪਸਰਿਆ ਕਈ ਵਾਰ ਬਣਿਆ ਹੈਗਾ ਕਈ ਵਾਰ ਉਤਪਤੀ ਹੋਈ ਆ ਕਈ ਵਾਰ ਪਲਣਾ ਹੋਈ ਤੇ ਕਈ ਵਾਰ ਜਿਹੜਾ ਸੰਘਾਰ ਹੋਇਆ ਕਈ ਵਾਰੀ ਸ੍ਰਿਸ਼ਟੀ ਖਤਮ ਹੋਈ ਪਰ ਵਾਹਿਗੁਰੂ ਜੀ ਸਦਾ ਇੱਕੋ ਇੱਕ ਰਹੇ ਸੋ ਇਹ ਨਜ਼ਰੀਆ ਗੁਰਮਖਾਂ ਦੇ ਜਣੀ ਸਮਝ ਦੇ ਵਿੱਚ ਦੇਖਣ ਦੇ ਵਿੱਚ ਅਨੁਭਵ ਦੇ ਵਿੱਚ ਆਇਆ ਜਿਸ ਤੋਂ ਉਹ ਉਹ ਸ਼ਕਤੀ ਦੇ ਬਲਿਹਾਰ ਕਿਉਂ ਵਾਹਿਗੁਰੂ ਜਿਹੜਾ ਅਕਾਲ ਪੁਰਖ ਹੈ ਜਿਹੜਾ ਸਦਾ ਵਾਸਤੇ ਸਦੀਪ ਹੈ ਅਬినాਸ਼ੀ ਹੈ ਨਾਸ ਰਹਿਤ ਹੈ ਉਹ ਹਮੇਸ਼ਾ ਰਹਿੰਦਾ ਹੈਗਾ ਜਾਂ ਉਹਦੇ ਨਾਲ ਜੁੜੇ ਹੋਈਆਂ ਜਿਹੜੀਆਂ ਰੂਹਾਂ ਹੈਗੀਆਂ ਉਹ ਜਿਹੜੀਆਂ ਰਹਿੰਦੀਆਂ ਉਹ ਪਰਮੇਸ਼ਰ ਦੀ ਇਸ ਰਚਨਾ ਨੂੰ ਜਿਹੜਾ ਹੈਗਾ ਉਹ ਅੱਖਾਂ ਹੀ ਦੇਖਦੀਆਂ ਹੈਗੀਆਂ ਤੇ ਇਸ ਦੇਖਣ ਤੋਂ ਬਾਅਦ ਫਿਰ ਉਹ ਵਾਹਿਗੁਰੂ ਦੇ ਸੱਦ ਕੇ ਬਲਿਹਾਰੇ ਜਾਂਦੀਆਂ ਇਸੇ ਕਰਕੇ ਸਾਨੂੰ ਗੁਰਬਾਣੀ ਇਹ ਕਹਈਂ ਵਰ ਪਸਰਿਓ ਪਸਾਰ ਧੰਨ ਗੁਰੂ ਅਰਜਨ ਦੇਵ ਮਰ ਦੀ ਗਵਾਈ ਆ ਕਿ ਜਿਹੜੀ ਰਚਨਾ ਹੈਗੀ ਆ ਕਈ ਵਾਰ ਹੋਈ ਚੁੱਕੀ ਆ ਸ੍ਰਿਸ਼ਟੀ ਤੇ ਕਈ ਵਾਰੀ ਖਤਮ ਹੋ ਚੁੱਕੀ ਆ ਪਰ ਵਾਹਿਗੁਰੂ ਜੀ ਸਦਾ ਸਦਾ ਇੱਕੋ ਇੱਕ ਰਹਿ ਇਸ ਕਰਕੇ RAM ਤੇ RAM ਦੇ ਪਿਆਰੇ ਜਿਹੜੇ ਸਦਾ ਅਟਲ ਰਹਿੰਦੇ ਆ ਬਾਕੀ ਸਾਰੀ ਰਚਨਾ ਜਿਹੜੀ ਹੈਗੀ ਆ ਉਹ ਬਣਦੀ ਆ ਤੇ ਉਸ ਤੋਂ ਬਾਅਦ ਉਹਦਾ ਬਨਾਸ਼ ਵੀ ਹੋ ਜਾਂਦਾ ਸੋ ਇਸ ਨਜ਼ਰੀ ਨੂੰ ਤੱਕ ਕੇ ਜਿਹੜੇ ਗੁਰਮਖ ਪਿਆਰੇ ਆ ਉਪਰਮੇਸ਼ਰ ਦੇ ਗੁਣ ਗਾਉਂਦੇ ਆ ਉਹਦੀ ਸਿਫਤ ਸਲਾਹ ਕਰਦੇ ਉਹਦੇ ਨਾਲ ਸ਼ਕਤੀ ਨਾਲ ਪ੍ਰੇਮ ਪਿਆਰ ਕਰਦੇ ਆ ਤੇ ਆਪ ਜਿਹੜੇ ਸਦਾ ਵਾਹਿਗੁਰੂ ਵਾਂਗੂ ਅਵਨਾਸ਼ੀ ਹੋ ਕੇ ਇਸ ਖੇਡ ਨੂੰ ਜਿਹੜਾ ਹਨਾ ਇੱਕ ਪਾਸੇ ਹੋ ਕੇ ਇੱਕ ਦਰਸ਼ਕ ਦੀ ਤਰ੍ਹਾਂ ਦੇਖਦੇ ਆ ਤੇ ਸਦਾ ਵਾਹਿਗੁਰੂ ਤੋਂ ਬੁਲਿਹਾਰੇ ਜਾਂਦੇ ਆ ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖੇਮਾ ਦਾ ਜਾਚਕਵਾ ਜੀ ਹੋਇਆ ਬਿਆੰਤ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ